ਨਮਸਕਾਰ ਖਬਰਾਂ ਦਾ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਮਨ ਸ਼ੰਕਰ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭ੍ਰਿਸ਼ਟਾਚਾਰ ਵਿਰੁੱਧ ਜੰਗ ਲਈ ਦੇਸ਼ ਵਾਸੀਆਂ ਦੇ ਸਹਿਯੋਗ ਦੀ ਮੰਗ ਕੀਤੀ ਹੈ ਭਾਰਤ ਅਤੇ ਅਮਰੀਕਾ ਵਿਚਾਲੇ ਤੀਜੀ ਦੋਜਮਾ ਦੋ ਵਾਰਤਾ ਦੌਰਾਨ ਬੀਸੀਏ ਸਮੇਤ ਪੰਜ ਅਹਿਮ ਸਮਝੌਤੇ ਅਤੇ ਦਸਤਖਤ ਕੀਤੇ ਗਏ ਅਤੇ ਖੇਤਰੀ ਤੇ ਵਿਸ਼ਵ ਮੁੱਦਿਆਂ ਤੇ ਵਿਆਪਕ ਚਰਚਾ ਹੋਈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਮੂਲ ਪਟਾੰਦਰਾ ਅਤੇ ਸਹਿਯੋਗ ਸਮਝੌਤੇ BECA ਨੂੰ ਦਸਿਆ ਇਤਿਹਾਸਕ ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਮੁਕਤ ਭਾਰਤ ਪ੍ਰਸ਼ਾਂਤ ਮਾਹੌਲ ਲਈ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਕਿਹਾ ਹੈ ਕਿ ਸਰਹੱਦ ਪਾਰੋਂ ਅਤਵਾਦ ਕਿਸੇ ਵੀ ਸੂਰਤ ਵਿੱਚ ਸਨਕਾਰ ਨਹੀਂ ਹੈ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ ਵੋਟਾਂ ਪਾਉਣ ਦਾ ਕੰਮ ਸਖਤ ਸੁਰੱਖਿਆ ਪ੍ਰਬੰਧ ਹੇਠ ਸ਼ੁਰੂ। ਇਸ ਪੜਾਅ ਤਹਿਤ 2 ਕਰੋੜ 14 ਲੱਖ ਵੋਟਰ 1064 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਯੋਸ਼ ਗੋਇਲ ਨੇ ਕਿਹਾ ਹੈ ਕਿ ਭਵਿਕਵਾਦੀ ਦ੍ਰਿਸ਼ਟੀਕੋਣ ਅਤੇ ਪੱਕੇ ਫੈਸਲਿਆਂ ਦੇ ਸੁਮੇਲ ਨੇ ਭਾਰਤ ਨੂੰ ਇੱਕ ਠੋਸ ਸਟਾਰਟਅਪ ਵਾਤਾਵਰਣ ਪ੍ਰਣਾਲੀ ਪ੍ਰਦਾਨ ਕੀਤੀ ਹੈ। ਕੇਂਦਰ ਸਰਕਾਰ ਨੇ ਕੋਵਿਡ-19 ਸੰਬੰਧੀ ਪਿਛਲੇ ਮਹੀਨੇ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ 3 ਨਵੰਬਰ ਤੱਕ ਵਧਾਇਆ। ਬਠਿੰਡਾ ਦੇ ਕੇਂਦਰੀ ਵਿਦਿਆਲਿਆ ਦੇ ਗਣਿਤ ਦੇ ਅਧਿਆਪਕ ਸੰਜੀਵ ਕੁਮਾਰ ਨੇ ਦੇਸ਼ ਭਾਰਤਿਕ 2500 ਵਿਦਿਆਰਥੀਆਂ ਨੂੰ ਮੁਫਤ ਆਨਲਾਈਨ ਸਿੱਖਿਆ ਮੁਹੱਈਆ ਕਰਵਾਉਣ ਦਾ ਸ਼ਲਾਘਾਯੋਗ ਕੰਮ ਕੀਤਾ। ਪੰਜਾਬ ਸਰਕਾਰ ਵੱਲੋਂ ਡੇਂਗੂ ਦੀ ਰੋਕத் ਥਾਮ ਲਈ ਸੂਬਾ ਕਾਰਜ ਦਲ ਦਾ ਗਠਨ ਤੇ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪ੍ਰਸ਼ਾਸਕੀ ਅਮਲ ਲਈ ਲੋਕਾਂ ਪ੍ਰਤੀ ਪਾਰਦਰਸ਼ੀ ਜ਼ਿੰਮੇਵਾਰ ਅਤੇ ਜਵਾਬਦੇਹ ਹੋਣਾ ਚਾਹੀਦਾ ਹੈ ਕੱਲ੍ਹ ਸ਼ਾਮ ਨਵੀਂ ਦਿੱਲੀ ਵਿੱਚ ਕੇਂਦਰੀ ਜਾਂਚ ਬਿਊਰੋ ਵੱਲੋਂ ਤਿੰਨ ਦਿਨਾਂ ਦੀ ਜਾਗਰੂਤਾ ਅਤੇ ਭ੍ਰਿਸ਼ਟਾਚਾਰ ਵਿਰੋਧੀ ਵਿਸ਼ੇ ਤੇ ਰਾਸ਼ਟਰੀ ਕਾਨਫਰੰਸ ਦੇ ਉਦਘਾਟਨ ਤੋਂ ਬਾਅਦ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਰਤ ਭ੍ਰਿਸ਼ਟਾਚਾਰ ਬਾਰੇ ਜ਼ੀਰੋ ਟੋਲਰੈਂਸ ਪਹੁੰਚ ਨਾਲ ਅੱਗੇ ਵਧ ਰਿਹਾ ਹੈ ਉਨ੍ਹਾਂ ਕਿਹਾ ਕਿ ਭਾਵੇਂ ਇਹ ਭ੍ਰਿਸ਼ਟਾਚਾਰ ਆਰਥਿਕ ਅਪਰਾਧ ਨਸ਼ੇ منی ਲਾਂਡਰਿੰਗ ਜਾਂ ਅਤਵਾਦ ਫੰਡਿੰਗ ਇਹ ਸਭ ਇੱਕ ਦੂਜੇ ਨਾਲ ਸੰਬੰਧਿਤ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਭ੍ਰਿਸ਼ਟਾਚਾਰ ਵਿਰੁੱਧ ਕੰਮ ਕਰਨਾ ਹੋਵੇਗਾ। ਉਹਨਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ ਲੜਾਈ ਕਿਸੇ ਇੱਕ ਇਕੱਲੀ ਏਜੰਸੀ ਦਾ ਕੰਮ ਨਹੀਂ ਹੈ, ਬਲਕਿ ਇਹ ਸਮੂਹਿਕ ਜ਼ਿੰਮੇਵਾਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਈਮਾਨ ਨਾਲ ਕਿਹਾ ਜਾ ਸਕਦਾ ਹੈ ਕਿ ਕਟਾਲਿਆਂ ਦਾ ਯੁੱਗ ਬਹੁਤ ਪਿੱਛੇ ਰਹਿ ਗਿਆ ਹੈ। ਕੁਝ ਰੁਪਇਆਂ ਦੀ ਹੀ ਗੱਲ ਨਹੀਂ ਹੁੰਦੀ। ਇੱਕ ਤਰਫ भ्रष्टाचार से देश के विकास को ठेस पहुंचती है तो साथ ही भ्रष्टाचार सामाजिक संतुलन को तहस नहस कर देता है और सबसे अहम देश की व्यवस्था पर जो भरोसा होना चाहिए एक अपनेपन का जो भाव होना चाहिए भ्रष्टाचार ਉਸ ਬਰੇਸ਼ ਤੇ ਪਰ ਹਮਿਆ ਕਰਤਾ ਨਵੀਂ ਦਿੱਲੀ ਵਿੱਚ ਭਾਰਤ ਅਤੇ ਅਮਰੀਕਾ ਵਿਚਾਲੇ ਤੀਜੀ 2+2 ਵਾਰਤਾ ਦੌਰਾਨ ਪੰਜ ਅਹਿਮ ਸਮਝੌਤੇ ਅਤੇ ਦਸਤਖਤ ਕੀਤੇ ਗਏ ਅਤੇ ਖੇਤਰੀ ਤੇ ਵਿਸ਼ਵ ਮੁੱਦਿਆਂ ਤੇ ਵਿਆਪਕ ਚਰਚਾ ਹੋਈ 2+2 ਮੀਟਿੰਗ ਦੌਰਾਨ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਉਹਨਾਂ ਦੇ ਅਮਰੀਕੀ ਹਮ ਓਦਾ ਮਾਰਕ ਐਸ ਪਰ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਅਤੇ ਉਹਨਾਂ ਦੇ ਹਮ ਓਦਾ ਮਾਈਕ ਪੋਂਪੀਓ ਸਮੇਤ ਦੋਵੇਂ ਮੁਲਕਾਂ ਦੇ ਉੱਚ ਪਦਰੀ ਪ੍ਰਤੀਨਿਧ ਮੰਡਲ ਮੌਜੂਦ ਸਨ ਮੀਟਿੰਗ ਤੋਂ ਬਾਅਦ ਭਾਰਤ ਅਤੇ ਅਮਰੀਕੀ ਮੰਤਰੀਆਂ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ਤੇ ਵਿਆਪਕ ਚਰਚਾ ਹੋਈ। ਰਾਜਨਾਥ ਸਿੰਘ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਮੂਲ ਵਟਾਂਦਰਾ ਅਤੇ ਸਹਿਯੋਗ ਸਮਝੌਤੇ BECA ਨੂੰ ਇਤਿਹਾਸਕ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਫੌਜਾਂ ਦੇ ਪੱਧਰ ਤੇ ਸਬੰਧਾਂ ਵਿੱਚ ਪ੍ਰਗਤੀ ਹੋ ਰਹੀ ਏ। ਉਨ੍ਹਾਂ ਕਿਹਾ ਕਿ ਰੱਖਿਆ ਸਨਤ ਹੀ ਖੇਤਰ ਵਿੱਚ ਮੀਟਿੰਗ ਦੌਰਾਨ ਵਿਆਪਕ ਚਰਚਾ ਹੋਈ। ਰੱਖਿਆ ਮੰਤਰੀ ਨੇ ਰੱਖਿਆ ਖੇਤਰ ਵਿੱਚ ਆਤਮ ਨਿਰਭਰ ਭਾਰਤ ਨੂੰ ਵਿਕਾਸ ਲਈ ਬਹੁਤ ਅਹਿਮ ਦੱਸਿਆ। उन्होंने कहा कि मुल्क कानून और प्रभु सत्ता का बहुत लाजमी है इन द डिफेंस इंडस्ट्रियल हैड ए वेरी कैंडिड एंड यूजफुल डिस्कशन रिसेंट इनिशिएटिव ऑफ आत्मनिर्भर भारत इन डिफेंस सेक्टर वाज अंडरलाइं एज ए की ड्राइवर एंड ए गाइडिंग फैक्टर ऑफ आवर डिफेंस इंडस्ट्रील कोऑपरेशन आई हाईलाइटेड द कैपेबिलिटी ਅਮਰੀਕਾ ਦੇ ਰਾਸ਼ਟਰਮंत्री ਮਾਰਕ ਐਸਪਰ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਮੁਕਤ ਭਾਰਤ ਪ੍ਰਸ਼ਾਂਤ ਮਹਾਉਲ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ। ਉਹਨਾਂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਪਾਈਵਾਲੀ ਵਿੱਚ ਪਹਿਲਾਂ ਨਾਲੋਂ ਕਿਤੇ ਮਹੱਤਵਪੂਰਨ ਹੈ। ਮਾਰਕ ਐਸਪਰ ਨੇ ਆਪਣੇ ਬਿਆਨ ਵਿੱਚ ਅਸਥਿਰਤਾ ਪੈਦਾ ਕਰਨ ਵਾਲੀਆਂ ਚੀਨ ਦੀਆਂ ਹਰਕਤਾਂ ਦਾ ਵੀ ਜ਼ਿਕਰ ਕੀਤਾ। ਉਹਨਾਂ ਬੀਈਸੀਏ ਸਮਝੌਤੇ ਨੂੰ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਘਰਾੜ ਦਿੱਤਾ। As the world confronts a global pandemic and growing security challenges, the United States India partnership is more important than ever to ensure security. ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਭਾਈਵਾਲੀ ਬਹੁਤ ਮਹੱਤਵਪੂਰਨ ਹੈ। ਉਹਨਾਂ ਨੇ ਕਿਹਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਲੋਕਤੰਤਰ ਦੀ ਮਿੱਤਰ ਨਹੀਂ ਹੈ। ਮਾਈਕ ਪੌਂਪੀ ਨੇ ਪੂਰਬੀ ਲਦਾਖ ਦੀ ਗਲਵਾਨ ਘਾਟੀ ਵਿੱਚ ਚੀਨ ਦੀ ਪੀਪਲਸ ਲਿਬ੍ਰੇਸ਼ਨ ਆਰਮੀ ਵੱਲੋਂ ਸ਼ਹੀਦ ਕੀਤੇ ਗਏ 20 ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀਆਂ। When I was here uh, last year, I urged two countries to embark on a new age of ambition in our relationship, and I think we have absolutely done that, and that the conversations that we held today reflected welcome progress towards that goal. Thanks to Prime Minister Modi and President Trump's leadership and our shared values, our ties are growing stronger day by day. ਪਾਰਦੇਵ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਸਾਂਜੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਜਮਾ ਦੋ ਜਮਾ ਮੀਟਿੰਗ ਦੌਰਾਨ ਭਾਰਤ ਪ੍ਰਸ਼ਾਂਤ ਖੇਤਰ ਵਿੱਚ ਅਸਥਿਰਤਾ ਗੱਲਬਾਤ ਦਾ ਕੇਂਦਰ ਬਿੰਦੂ ਰਿਹਾ ਉਹਨਾਂ ਨੇ ਕਿਹਾ ਕਿ ਸਰਹੱਦ ਪਾਰੋਂ ਅਤਵਾਦ ਕਿਸੇ ਵੀ ਸੂਰਤ ਵਿੱਚ ਸਵੀਕਾਰਯੋਗ ਨਹੀਂ ਹੈ ਡਿਫੈਂਸ ਐਕਸਚੇਂਜਸ ਐਂਡ ਟ੍ਰੇਡ ਟੂ ਇਕਨੋਮਿਕ ਇੰਟਰੈਕਸ਼ਨਸ ਐਂਡ ਕਾਮਰਸ ਆਰ ਅਪ ਦੀ ਪਾਰਟਨਰਸ਼ਿਪ ਇਨ ਸਾਇੰਸ ਟੈਕਨੋਲੋਜੀ ਐਂਡ ਇਨੋਵੇਸ਼ਨ ਇਜ਼ ਸਟਰੋਂਗਰ ਐਂਡ ਆਰ એનર્ਜੀ ਸਿਕਿਉਰਿਟੀ clearly enhanced not least the unique people to people contacts that defines this relationship remains vibrant whether in the flow of talent in education or in tourism bharat mein teejhi do jama do vaarta to baad american videsh mantri mike pompeo ate raksha mantri mark aspar ne pradhan mantri narendra modi nal bhi mulaqat ki ti ਅਮਰੀਕੀ ਮੰਤਰੀਆਂ ਨੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਵੀ ਮੀਟਿੰਗ ਕਰਕੇ ਕਈ ਮਹੱਤਵਪੂਰਨ ਮੁੱਦਿਆਂ ਅਤੇ ਰਣਨੀਤਕ ਮਹੱਤਵ ਵਾਲੀਆਂ ਚੁਣੌਤੀਆਂ ਤੇ ਗੱਲਬਾਤ ਕੀਤੀ ਦੋਵੇਂ ਪਾਸਿਆਂ ਨੇ ਸੁਰੱਖਿਅਤ ਸਥਿਰ ਅਤੇ ਕਾਨੂੰਨ ਤੇ ਅਪਰਾਧਿਕ ਖੇਤਰੀ ਅਤੇ ਵਿਸ਼ਵ ਸੁਰੱਖਿਆ ਮਾਹੌਲ ਨੂੰ ਯਕੀਨੀ ਬਣਾਉਣ ਲਈ ਸਾਂਝੇ ਟੀਚਿਆਂ ਤੇ ਹਰ ਖੇਤਰਾਂ ਵਿੱਚ ਸਮਰੱਥਾ ਵਧਾਉਣ ਨੂੰ ਹੋਰ ਅੱਗੇ ਲਿਜਾਣ ਦੀ ਲੋੜ ਤੇ ਜ਼ੋਰ ਦਿੱਤਾ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ ਵੋਟਾਂ ਪਾਉਣ ਦਾ ਕੰਮ ਅੱਜ ਸਵੇਰੇ 7 ਵਜੇ ਸ਼ੁਰੂ ਹੋ ਗਿਆ ਪੋਲਿੰਗ ਬੂਥਾਂ ਤੇ ਇਸ ਦੇ ਆਸ-ਪਾਸ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਪਹਿਲੇ ਪੜਾਅ ਤਹਿਤ 16 ਜ਼ਿਲ੍ਹਿਆਂ ਦੇ 71 ਹਲਕਿਆਂ ਵਿੱਚ ਵੋਟਾਂ ਪਵਾਈਆਂ ਜਾ ਰਹੀਆਂ ਨੇ ਇਸ ਗੇੜ ਤਹਿਤ 2 ਕਰੋੜ 14 ਲੱਖ ਵੋਟਰ 1066 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਜਿਨ੍ਹਾਂ ਵਿੱਚ 114 ਮਹਿਲਾ ਅਤੇ 406 ਆਜ਼ਾਦ ਉਮੀਦਵਾਰ ਨੇ ਵੋਟਾਂ ਸ਼ਾਮ 6 ਵਜੇ ਤੱਕ ਪਵਾਈਆਂ ਜਾਣਗੀਆਂ ਮੁੱਖ ਚੋਣ ਅਧਿਕਾਰੀ ਐਚ ਆਰ ਸ੍ਰੀਨਿਵਾਸ ਨੇ ਕਿਹਾ ਹੈ ਕਿ 71 ਹਲਕਿਆਂ ਵਿੱਚੋਂ 35 ਨਕਸਲ ਪ੍ਰਭਾਵਿਤ ਇਲਾਕੇ ਨੇ ਨਕਸਲ ਪ੍ਰਭਾਵਿਤ ਇਲਾਕਿਆਂ ਚੈਨਪੁਰ ਨਵੀਂ ਨਗਰ ਕੁਟੁੰਬਾ ਤੇ ਰਫੀ ਗੰਜ਼ ਵਿੱਚ ਵੋਟਾਂ ਦੁਪਹਿਰ 3 ਵਜੇ ਤੱਕ ਜਦ ਕਿ ਪੰਜ ਹੋਰ ਨਕਸਲ ਪ੍ਰਭਾਵਿਤ ਹਲਕਿਆਂ ਵਿੱਚ ਵੋਟਾਂ 5 ਵਜੇ ਤੱਕ ਪਵਾਈਆਂ ਜਾਣਗੀਆਂ ਤੇ ਬਾਕੀ ਰਹਿੰਦੇ 26 ਨਕਸਲ ਪ੍ਰਭਾਵਿਤ ਹਲਕਿਆਂ ਵਿੱਚ ਵੋਟਾਂ 4 ਵਜੇ ਤੱਕ ਪਵਾਈਆਂ ਜਾਣਗੀਆਂ ਮੁੱਖ ਚੋਣ ਅਧਿਕਾਰੀ ਨੇ ਕਿਹਾ ਹੈ ਕਿ ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ ਨਿਰਵਿਘਨ ਵੋਟਾਂ ਪਾਉਣ ਲਈ ਲੋੜਿੰਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਇਸ ਪੜਾਅ ਤਹਿਤ ਐਨਡੀਏ ਵਿਚਲੀਆਂ ਪਾਰਟੀਆਂ ਭਾਰਤੀ ਜਨਤਾ ਪਾਰਟੀ 29 ਜੀਡੀਓ 35 ਤੇ ਹਿੰਦੁਸਤਾਨੀ ਆਵਾਮ ਮੋਰਚਾ 6 ਸੀਟਾਂ ਤੇ ਚੋਣ ਲੜ ਰਹੇ ਨੇ ਵਿ ਫੀਲ ਇਨਸਾਨ ਪਾਰਟੀ ਨੇ ਇੱਕ ਉਮੀਦਵਾਰ ਮੈਦਾਨ ਵਿੱਚ ਖੜਾ ਕੀਤਾ ਹੈ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਵਿੱਖਵਾਦੀ ਦ੍ਰਿਸ਼ਟੀਕੋਣ ਅਤੇ ਪੱਕੇ ਫੈਸਲਿਆਂ ਦੇ ਸੁਮੇਲ ਨੇ ਭਾਰਤ ਨੂੰ ਇੱਕ ਠੋਸ ਸਟਾਰਟਅਪ ਵਾਤਾਵਰਣ ਪ੍ਰਣਾਲੀ ਪ੍ਰਦਾਨ ਕੀਤੀ ਹੈ ਪਹਿਲੇ ਸ਼ੰਘਾਈ ਸਹਿਯੋਗ ਸੰਗਠਨ ਸਟਾਰਟਅਪ ਫੋਰਮ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨ ਸਾਡਾ ਸਰਮਾਇਆ ਹੈ ਅਤੇ ਮੌਜੂਦਾ ਨਿਰਬਲ ਅਤੇ ਅਨਿਸ਼ਚਿਤ ਸਮੇਂ ਦੌਰਾਨ ਨੌਜਵਾਨਾਂ ਨੇ ਚੁਸਤੀ ਬਦਲਾਅ ਤੇ ਯੋਗਤਾ ਨਾਲ ਜ਼ਿੰਮੇਵਾਰੀ ਦਿਖਾਈ ਹੈ ਭਾਰਤੀ ਸਟਾਰਟਅਪ ਵੱਲੋਂ ਭਰਪੂਰ ਉर्जा ਤੇ ਹੁਸ਼ਿਆਰ ਨਾਲ ਸਮੇਂ ਸਿਰ ਕਫਾਇਤੀ ਹੱਲ ਪ੍ਰਦਾਨ ਕਰਨ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਵਿਕਾਸ ਲਈ ਐਡੈਪਸ ਨੇ ਅਪਸਕੇਲਿੰਗ ਅਤੇ ਸਿੱਖਿਆ ਵਿੱਚ ਸਾਡੀ ਵਿਕਾਸ ਦੀ ਭੁੱਖ ਨੂੰ ਦਰਸਾ ਕੇ ਲੱਖਾਂ ਲੋਕਾਂ ਨੂੰ ਕੋਵਿਡ ਸਮੇਂ ਦੌਰਾਨ ਮੁਫਤ ਪੜ੍ਹਨ ਲਿਖਣ ਸਮਗਰੀ ਮੁਹੱਈਆ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਔਰਤਾਂ ਨੇ ਵੱਡੀ ਗਿਣਤੀ ਵਿੱਚ ਸਟਾਰਟਅੱਪ ਸਥਾਪਿਤ ਕੀਤੇ ਨੇ। ਉਨ੍ਹਾਂ ਨੇ ਸ਼ੰਘਾਈ ਸਹਿਯੋਗ ਸੰਗਠਨ ਦੀ ਪਹਿਲਕਦਮੀ ਨਾਲ ਕਈ ਸੈਸ਼ਨਾਂ ਵਿੱਚ ਔਰਤ ਉਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਵੀ ਵਿਸ਼ੇਸ਼ ਵਿਚਾਰ ਵਟਾਂਦਰੇ ਵਿੱਚ ਸ਼ਾਮਲ ਕਰਨ ਦੀ ਛਲਾਗਾ ਕੀਤੀ। ਕੇਂਦਰ ਸਰਕਾਰ ਨੇ ਕੋਵਿਡ-19 ਸੰਬੰਧੀ ਪਿਛਲੇ ਮਹੀਨੇ ਦੀ 30 ਤਰੀਕ ਨੂੰ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ 30 ਨਵੰਬਰ ਤੱਕ ਵਧਾ ਦਿੱਤਾ ਹੈ। ਗ੍ਰਹਿ ਮੰਤਰਾਲੇ ਵੱਲੋਂ ਮਾਰਚ ਵਿੱਚ ਲੋਕਡਾਊਨ ਤੋਂ ਬਾਅਦ ਸਾਰੀਆਂ ਗਤੀਵਿਧੀਆਂ ਨੂੰ ਹੌਲੀ-ਹੌਲੀ ਮੁੜ ਸ਼ੁਰੂ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਨੇ। ਜ਼ਿਆਦਾਤਰ ਗਤੀਵਿਧੀਆਂ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀਆਂ ਨੇ ਜਦਕਿ ਵੱਡੇ ਇਕੱਠਾਂ ਵਿੱਚ ਲੋਕਾਂ ਦੀ ਹਾਜ਼ਰੀ ਸੀਮਤ ਰੱਖਣ ਲਈ ਦਿਸ਼ਾ ਨਿਰਦੇਸ਼ ਅਜੇ ਵੀ ਜਾਰੀ ਨੇ। ਕੇਂਦਰ ਸਰਕਾਰ ਨੇ ਬੱਸਾਂ, ਰੇਲਗੱਡੀਆਂ ਵਿੱਚ ਸਫ਼ਰ ਕਰਨ ਅਤੇ ਹੋਟਲ, ਰੈਸਟੋਰੈਂਟ ਤੇ ਸ਼ਾਪਿੰਗ ਮਾਲ ਵਿੱਚ ਜਾਣ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਨੇ। ਸਰਕਾਰ ਨੇ ਸਕੂਲ, ਕਾਲਜ ਆਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਜਾਜ਼ਤ ਦਿੱਤੀ ਹੈ ਪੰਜਾਬ ਦੇ ਖੁਰਾਕ ਪ੍ਰੋਸੈਸਿੰਗ ਉਦਯੋਗ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਹੈ ਕਿ ਖੁਰਾਕ ਪ੍ਰੋਸੈਸਿੰਗ ਉਦਯੋਗ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ ਪੰਜਾਬ ਖੁਰਾਕ ਪ੍ਰੋਸੈਸਿੰਗ ਕਮੇਟੀ ਦੇ ਮੈਂਬਰਾਂ ਨਾਲ ਪਲੇਟੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਫਸਲੀ ਵਿਭਿੰਨਤਾ ਵੱਲ ਉਦੋਂ ਹੋਰ ਜ਼ਿਆਦਾ ਉਤਸ਼ਾਹਿਤ ਹੋਵੇਗਾ ਜਦੋਂ ਉਸ ਨੂੰ ਇਹ ਭਰੋਸਾ ਹੋਵੇਗਾ ਕਿ ਉਸ ਵੱਲੋਂ ਉਗਾਈ ਗਈ ਫਸਲ ਵਾਜਬ ਮੁੱਲ ਤੇ ਖਰੀਦੀ ਜਾਵੇਗੀ ਉਹਨਾਂ ਨੇ ਕਿਹਾ ਕਿ ਖੁਰਾਕ ਪ੍ਰੋਸੈਸਿੰਗ ਖੇਤਰ ਹੀ ਕਿਸਾਨਾਂ ਲਈ ਸਭ ਤੋਂ ਵੱਧ ਲਾਭਦਾਇਕ ਖੇਤਰ ਹੋ ਸਕਦਾ ਹੈ ਕੋਵਿਡ-19 ਮਹਾਮਾਰੀ ਦੇ ਫੈਲਣ ਨੂੰ ਰੋਕਣ ਲਈ ਭਾਰਤ ਸਰਕਾਰ ਨੇ ਮਾਰਚ ਮਹੀਨੇ ਦੇਸ਼ ਵਿਆਪੀ ਲੋਕਡਾਊਨ ਦਾ ਐਲਾਨ ਕੀਤਾ ਸੀ ਅਤੇ ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸਮਾਜ ਲਈ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਸੀ ਪ੍ਰਧਾਨ ਮੰਤਰੀ ਦੀ ਇਸ ਅਪੀਲ ਤੋਂ ਪ੍ਰਭਾਵਿਤ ਹੋ ਕੇ ਬਠਿੰਡਾ ਦੇ ਕੇਂਦਰੀ ਵਿਦਿਆਲਿਆ ਵਿੱਚ ਗਣਿਤ ਦੇ ਅਧਿਆਪਕ ਵਜੋਂ ਕੰਮ ਕਰ ਰਹੇ ਸੰਜੀਵ ਕੁਮਾਰ ਨੇ ਆਨਲਾਈਨ ਮਾਧਿਅਮ ਰਾਹੀਂ ਵਿਦਿਆਰਥੀਆਂ ਨੂੰ ਮੁਫਤ ਗਣਿਤ ਦੀ ਪੜ੍ਹਾਈ ਕਰਾਉਣੀ ਸ਼ੁਰੂ ਕੀਤੀ। ਸੰਜੀਵ ਕੁਮਾਰ ਨੇ ਦੱਸਿਆ ਕਿ ਪਿਛਲੇ 7 ਮਹੀਨਿਆਂ ਤੋਂ ਨਿਰਵਿਘਨ ਉਹ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਧੇ ਪ੍ਰਸਾਰਣ ਰਾਹੀਂ ਪੜਾਈ ਕਰਵਾ ਰਹੇ ਨੇ ਅਤੇ ਇਸ ਸਮੇਂ ਦੇਸ਼ ਭਰ ਤੋਂ 2500 ਤੋਂ ਵੱਧ ਵਿਦਿਆਰਥੀ ਉਨ੍ਹਾਂ ਤੋਂ ਆਨਲਾਈਨ ਪੜ੍ਹਾਈ ਕਰ ਰਹੇ ਨੇ। ਬਤੌਰ ਅਧਿਆਪਕ 18 ਸਾਲ ਦਾ ਤਜਰਬਾ ਰੱਖਣ ਵਾਲੇ ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਉਹ ਇਸ ਕੰਮ ਨੂੰ ਸਮਾਜ ਸੇਵਾ ਦੇ ਤੌਰ ਤੇ ਕਰ ਰਹੇ ਨੇ ਅਤੇ ਇਸ ਲਈ ਕਿਸੇ ਵੀ ਵਿਦਿਆਰਥੀ ਤੋਂ ਜਾਂ ਕਿਸੇ ਦਾਨੀ ਸੱਜਣ ਤੋਂ ਕੋਈ ਪੈਸਾ ਨਹੀਂ ਲੈ ਰਹੇ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਆਨਲਾਈਨ ਕਲਾਸਾਂ ਲਾਉਣ ਉੱਪਰ ਉਹਨਾਂ ਦਾ ਕਾਫੀ ਖਰਚਾ ਵੀ ਆ ਰਿਹਾ ਹੈ ਪਰ ਉਹ ਪਿਛਲੇ 7 ਮਹੀਨਿਆਂ ਤੋਂ ਸਾਰਾ ਖਰਚਾ ਆਪਣੇ ਪੱਲਿਓ ਹੀ ਕਰ ਰਹੇ ਨੇ। ਅਧਿਆਪਕ ਸੰਦੀਪ ਕੁਮਾਰ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਪੜਾਉਣ ਦਾ ਕੰਮ ਬਤੌਰ ਸੇਵਾ ਹੀ ਕਰਦੇ ਰਹਿਣਗੇ। ਉਹਨਾਂ ਦੱਸਿਆ ਕਿ ਇਸ ਕੰਮ ਵਿੱਚ ਸਕੂਲ ਪ੍ਰਬੰਧ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਜਿਵੇਂ ਸਾਡੇ ਪ੍ਰਧਾਨ ਮੰਤਰੀ ਤੇ ਭਾਰਤ ਸਰਕਾਰ ਦਾ ਇੱਕ ਸੁਪਨਾ ਸੀ ਕਿ ਹਰ ਇੱਕ ਬੰਦੇ ਨੂੰ ਕੰਟਰੀਬਿਊਟ ਕਰਨਾ ਚਾਹੀਦਾ ਸੋਸਾਇਟੀ ਦੇ ਲਈ ਬਤੌਰ ਟੀਚਰ ਮੈਨੂੰ ਵੀ ਆਇਆ ਲੱਗਿਆ ਕਿ ਮੈਂ ਕਿਸ ਤਰ੍ਹਾਂ ਨਾਲ ਕੰਟਰੀਬਿਊਟ ਕਰ ਸਕਦਾ ਤਾਂ ਜਦੋਂ ਐਜ਼ ਅ ਟੀਚਰ ਮੈਨੂੰ ਇਹ ਲੱਗਿਆ ਕਿ ਮੈਂ ਆਪਦੇ ਬੱਚਾ ਨੂੰ ਪੜਾ ਕੇ ਹੀ ਕੰਟਰੀਬਿਊਟ ਕਰ ਸਕਦਾ ਤਾਂ ਮੈਂ ਇਸ ਤੇ ਕੰਮ ਕਰਨਾ ਸ਼ੁਰੂ ਕੀਤਾ ਹਾਲਾਂਕਿ ਸਟਾਰਟਿੰਗ ਦੇ ਵਿੱਚ ਤਾਂ ਮੈਨੂੰ ਇਹ ਲੱਗਿਆ ਕਿ ਐਕਸਪੈਰੀਮੈਂਟ ਹੋ ਰਿਹਾ ਪਰ ਜਦੋਂ ਬੱਚੇ ਮੇਰੇ ਨਾਲ ਜੁੜਨਾ ਸ਼ੁਰੂ ਹੋ ਗਏ ਤਾਂ ਅਸੀਂ ਨਵੀਂ-ਨਵੀਂ ਟੈਕਨੋਲੋਜੀ ਨਾਲ ਲਿਆ ਕੇ ਆਪ ਵੀ ਸਿੱਖੀ ਤੇ ਬੱਚਿਆਂ ਨੂੰ ਵੀ ਉਸ ਦਾ ਫਾਇਦਾ ਕੀਤਾ ਕੋਈ ਸਾਡਾ ਕਮਰਸ਼ੀਅਲ ਮੋਟਿਵ ਨਹੀਂ ਨਾ ਅੱਗੇ ਸਾਡਾ ਕਮਰਸ਼ੀਅਲ ਮੋਟਿਵ ਰਹੂਗਾ ਜੀ ਇਹ ਪੂਰੀ ਨਿਸਵਾਰਥ ਸੇਵਾ ਨਾਲ ਚੱਲ ਰਿਹਾ ਤੇ 7 ਮਹੀਨੇ ਹੋ ਗਏ ਤੇ ਅੱਗੇ ਵੀ ਚੱਲਦਾ ਰਹੂਗਾ ਤਾਂ ਜਿਹੜਾ ਕਮਰਸ਼ੀਅਲ ਮੋਟਿਵ ਹੈ 2500 ਬੱਚੇ ਪੰਜਾਬ ਵਿੱਚ ਡੇਂਗੂ ਦੀ ਰੋਕਥਾਮ ਲਈ ਰਾਜਕਾਰ ਦਲ ਵੱਲੋਂ ਸਾਂਝੇ ਤੌਰ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਹ ਜਾਣਕਾਰੀ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇਸ ਕਾਰਜ ਦਲ ਵਿੱਚ ਸਥਾਨਕ ਸਰਕਾਰਾਂ ਵਿਭਾਗ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਕਿਰਤ ਮੈਡੀਕਲ ਸਿੱਖਿਆ ਤੇ ਖੋਜ, ਜਲ ਸਪਲਾਈ ਅਤੇ ਸਾਫ ਸਫਾਈ, ਸਿੱਖਿਆ ਤੇ ਪਸ਼ੂ ਪਾਲਣ ਵਿਭਾਗ ਸ਼ਾਮਲ ਏ। ਉਹਨਾਂ ਕਿਹਾ ਕਿ ਡੇਂਗੂ ਖਿਲਾਫ ਮੁਹਿੰਮ ਵਿੱਚ ਸਾਰਿਆਂ ਨੂੰ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਡੇਂਗੂ ਦੇ ਫੈਲਣ ਦਾ ਸਮਾਂ ਨਵੰਬਰ ਅਤੇ ਦਸੰਬਰ ਦੀ ਸ਼ੁਰੂਆਤ ਤੱਕ ਚੱਲਦਾ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਨਵਰੀ ਤੋਂ ਹੁਣ ਤੱਕ ਡੇਂਗੂ ਲਈ 10890 ਨਮੂਨਿਆਂ ਦੀ ਜਾਂਚ ਕੀਤੀ ਗਈ ਏ ਜਿਸ ਵਿੱਚੋਂ 4692 ਮਰੀਜ਼ ਪੋਜ਼ਿਟਿਵ ਪਾਏ ਗਏ ਨੇ ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਬੁਖਾਰ ਸਮੇਤ ਹਰੇਕ ਮਾਮਲੇ ਦੀ ਰਿਪੋਰਟ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਵਿਸ਼ੇਸ਼ ਕਰਕੇ ਜਦੋਂ ਸੂਬਾ ਪਹਿਲਾਂ ਹੀ ਕੋਵਿਡ-19 ਮਹਾਮਾਰੀ ਨਾਲ ਜੂਝ ਰਿਹਾ ਹੈ ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਦੇ ਲੱਛਣ ਮੇਲ ਖਾਂਦੇ ਨੇ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਡੇਂਗੂ ਦੀ ਰੋਕ ਥਾਮ ਹੋ ਸਕਦੀ ਹੈ ਕਿਉਂਕਿ ਮੱਛਰ ਜ਼ਿਆਦਾਤਰ ਘਰਾਂ ਅਤੇ ਦਫ਼ਤਰਾਂ ਵਿੱਚ ਪੈਦਾ ਹੁੰਦਾ ਹੈ ਪੰਜਾਬ ਵਿੱਚ ਹੁਣ ਤੱਕ ਕੋਵਿਡ-19 ਦੇ 1,23,510 ਕਰੋਨਾ ਮਰੀਜ਼ ਸਹਿਤਿਆਬ ਹੋਏ ਨੇ ਸੂਬੇ ਵਿੱਚ ਬੀਤੇ ਦਿਨ 353 ਨਵੇਂ ਐਕਟਿਵ ਮਾਮਲੇ ਸਾਹਮਣੇ ਆਏ ਨੇ ਜਿਸ ਵਿੱਚ ਲੁਧਿਆਣਾ ਤੋਂ 50, ਜਲੰਧਰ 25, ਪਟਿਆਲਾ 34, ਅੰਮ੍ਰਿਤਸਰ 26 ਅਤੇ ਮੋਹਾਲੀ ਦੇ 20 ਮਾਮਲੇ ਸ਼ਾਮਲ ਨੇ। ਪਿਛਲੇ 24 ਘੰਟਿਆਂ ਦੌਰਾਨ 463 ਕਰੋਨਾ ਮਰੀਜ਼ਾਂ ਨੂੰ ਸਿਹਤ ਵਿਭਾਗ ਹੋਂਮਗਰਮ ਛੁੱਟੀ ਦੇ ਦਿੱਤੀ ਗਈ ਹੈ। 50 ਦੇ ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲੇਟਿਨ ਅਨੁਸਾਰ ਹੁਣ ਤੱਕ ਸੂਬੇ ਵਿੱਚ 4138 ਮੌਤਾਂ ਦਰਜ ਕੀਤੀਆਂ ਗਈਆਂ ਨੇ। ਕੋਵਿਡ-19 ਲਈ ਹੁਣ ਤੱਕ 25,15,967 ਕਰੋਨਾ ਟੈਸਟ ਕੀਤੇ ਗਏ ਨੇ। ਇਸੇ ਨਾਲ ਹੀ ਖਬਰਾਂ ਦਾ ਇਹ ਰੋਟਨ ਖਤਮ ਹੁੰਦਾ ਹੈ ਆ ਗਿਆ ਦੋ ਨਮਸਕਾਰ